नहीं हुंदा सी, नहीं हुंदा सी। अच्छा, एक तो सरदार जसवीर सिंह बादल हो गए। हाँ जी। एक जिहड़ा तुसीं होर किहड़े किहड़े उदों खिडारी होए? उदों जसवीर सिंह बादल सीगा जी, जिहड़ा मिडूमां नाल काका सी, परमजीत होणी सीगे जी, परमजीत सिंह जी, ते होर बहुत खिडारी सी। इन्हां लाली होणा ने भी छड्डिया जी उदों कबूतर उत्थे। अच्छा। हाँ जी, जानी वड्डे ब्रांड सी। हाँ जी, जीत सीगा बस्सियां बस्सियां तों, बस्सियां तों जीत। अच्छा जी। ते उदों इन्हां फौजी होणा दी चढ़ाई हुंदी झोलड़ा वालियां दी जी। अच्छा। हाँ जी, अपने एरिया की गल करदा जी, जानी उदों जसवीर बादल आया सी कल्ला जी। नहीं, उह जदों तुसीं जित्ते तां हो गए भई आ जवाक ही, जिवें अज दे समें च कोई कहिंदा भई आ जवाक ही जित गए। असीं बाजी जित ली जी। अच्छा। जदों चार पंज कबूतर गए, सांझी करो भई सांझी करो, सानूं इउं नहीं पता भी सांझी की हुंदी आ। सांझी की हुंदी आ। हाँ जी। फिर जिहड़ा 500 रुपया सी उह किवें? 500 रुपया एंट्री दित्ती सी। नहीं, उह इकट्ठा कीता पिंड मुंडिया मित्रा। हाँ जी। अच्छा। 50 लै किसे तों 200 लिया, किसे तों 100 लिया, 500 रुपया असीं इकट्ठा करके फिर एंट्री दित्ती, ते 10 रुपया दा पेट्रोल पवाया। अच्छा। 10 रुपये दा पेट्रोल पवाया ते जाके बाजी छड्डी जी। अच्छा। साडा कबूतर छड्डण साल कृपाले वाल ते कलाल माजरा कट्ठे कट्ठे पिंड आ जी, साडा नाल दे पिंड चले गया जी। अच्छा। साडा घर इधर सी, इस घरे उड़दा सी। अच्छा। साडा नाल दे पिंड चले गया कबूतर जी छड्डण सार ही। अच्छा। ਉਹ ਮੇਰੇ ਨਾਲ ਦਾ ਮੁੰਡਾ ਕਹਿੰਦਾ ਮੜੂਗਾ ਆਪਣਾ, ਤੇ ਅਸੀਂ ਉਹਨੂੰ ਵੇਖਣ ਵਗ ਗਏ ਜੀ ਉੱਥੇ। ਅੱਛਾ। ਜਦੋਂ ਵੇਖਿਆ ਜਾ ਕੇ ਤੇ ਉੱਥੇ ਫਿਰੇ, ਤੇ ਉੱਥੇ ਅਸੀਂ 10 ਕੁ ਮਿੰਟ ਰੁਕੇ, 10 ਕੁ ਮਿੰਟਾਂ ਬਾਅਦ ਫੇਰ ਆ ਗਿਆ। ਆ ਕੇ ਫਿਰ ਅਸੀਂ ਸਾਰੀ ਬਾਜੀ ਜਿੱਤੀ ਜੀ, 1.5 ਘੰਟਾ ਕੂਤਰ ਸਾਡਾ ਵੱਧ ਉੱਡਿਆ। 1.5 ਘੰਟਾ ਉੱਡਿਆ। ਕਿੰਨੇ ਪੈਸੇ ਮਿਲੇ ਫਿਰ? ਉਦੋਂ ਮਿਲਿਆ ਜੀ 6500 ਰੁਪਇਆ। ਉਹਦਾ ਕਿੱਲਾ ਬੈ ਵਾਲੀ ਗੱਲ ਹੋ ਜਾਂਦੀ। ਹਾਂ ਜੀ, 6500 ਰੁਪਇਆ ਪਤਾ ਕਿਵੇਂ ਸੀਗਾ ਜੀ? ਹਾਂ ਜੀ। 1-1 ਰੁਪਇਆ, 2-2, 5-5 ਦੇ, 10-10 ਦੇ, 20 ਦੇ, 50 ਦਾ, 100 ਦਾ, ਉਦੋਂ ਜਿਹੜੇ ਰੁਪਈਏ। ਹਾਂਜੀ। ਤੇ 6500 ਰੁਪਈਏ ਨਾਲ ਜੇਬ ਐਂ ਹੋ ਗਈ ਸੀ, ਤੇ ਘਰੋਂ ਇਉਂ ਸੀ ਵੀ ਜੁੱਤੀਆਂ ਪੈਣੀਆਂ ਜੀ, ਨਾਲੇ ਪੈਸੇ ਜਿੱਤੇ ਤਾਂ ਜੁੱਤੀਆਂ ਤਾਂ ਪੈਣੀਆਂ ਫਿਰ। ਤੇ ਲੱਕੜ ਦਾ ਗੇਟ ਲੱਗਿਆ ਸੀ, ਦੂਰੋਂ ਹੀ ਕੁੰਡਾ ਖੜਕਾ ਕੇ ਰੌਲਾ ਪਾਤਾ ਸੀ ਵੀ ਬਾਜੀ ਜਿੱਤ ਗਏ ਸੀ। ਅੱਛਾ। ਤੇ ਸਾਡੇ ਘਰ ਦੇ ਦਾਦੀ ਜਿਉਂਦੀ ਸੀ ਉਹਨੂੰ। ਹਾਂਜੀ। ਕਹਿੰਦੀ ਤੁਸੀਂ ਕਿਤੇ ਚੋਰੀ ਤਾਂ ਨਹੀਂ ਕਰਿਆ ਕਿਸੇ ਦੇ? ਇੰਨੇ ਪੈਸੇ ਲਏ ਜੀ? ਮੈਂ ਕਿਹਾ ਨਹੀਂ ਜੀ, ਅਸੀਂ ਬਾਜੀ ਜਿੱਤ ਗਏ ਹਾਂ। ਅੱਛਾ। ਤੇ ਰਾਤ ਨੂੰ ਫਿਰ ਅਸੀਂ, ਸਾਨੂੰ ਉਹਨਾਂ ਬੰਦੇ ਬਿੰਦਰ ਨੇ ਦੱਸਤਾ ਸੀ ਵੀ ਇਹਨੂੰ ਕਬੂਤਰ ਨੂੰ ਛਾਉਣ ਨਾ ਦਿਓ, ਕਬੂਤਰ ਨਾ ਮਰ ਜਾਏ, ਜ਼ੋਰ ਵਾਲਾ ਲੱਗਿਆ ਵੀ। ਕੀ ਨਾ ਕਰਨ ਦਿਓ? ਵੀ ਸੌਣ ਨਾ ਦਿਓ ਇਹਨੂੰ। ਅੱਛਾ, ਇਹ ਵੀ ਤਰੀਕਾ ਇੱਕ? ਹਾਂਜੀ, ਇਹ ਕਿਉਂਕਿ ਸਰਪੰਚ ਸਾਹਿਬ ਤੁਹਾਡੀ ਗੱਲ ਵਿਚਾਲੇ ਆ, ਜਿਹੜੀ ਆ ਤੁਸੀਂ ਗੱਲ ਕਹੀ ਆ ਵੀ ਬਾਜੀ ਜ਼ੋਰ ਲੱਗਿਆ ਹੋਇਆ ਕਬੂਤਰ ਨੂੰ ਸੌਣ ਨਾ ਦਿਓ, ਜਿਵੇਂ ਆਪਾਂ ਕਹਿ ਲਈਏ ਬਈ ਇਹ ਕੋਈ ਜਸਵੀਰ ਗਗੜਾ ਸਾਹਿਬ ਵੀ ਨਸ਼ਾ ਕਰ ਲਿਆ ਵੀ ਇਹ ਬੰਦੇ ਨੂੰ ਹੁਣ ਸੌਣ ਨਾ ਦਿਓ, ਜਾਂ ਕੋਈ ਉਹਨੇ ਦਵਾਈ ਖਾ ਲਈ, ਇਹ ਵੀ ਇੱਕ ਹੈਗਾ ਤਜਰਬਾ? ਇਹ ਹੈਗਾ ਜੀ। ਉਦੋਂ ਮਤਲਬ ਇੰਨੀ ਜਾਗਰੂਕਤਾ ਹੈ ਨਹੀਂ ਸੀ ਕਬੂਤਰਬਾਜ਼ਾਂ ਨੂੰ ਜੀ। ਅੱਛਾ ਜੀ। ਉਦੋਂ ਨਹੀਂ ਪਤਾ ਸੀ, ਹੁਣ ਤਾਂ ਕਬੂਤਰ ਫੜ ਕੇ 1/2 ਘੰਟੇ ਬਾਅਦ ਉਹ ਜਿਹਾ ਕਰ ਦਈਦਾ ਜੀ। ਨਹੀਂ, ਉਹ ਮੰਨ ਲਓ ਹੁਣ ਆਪਾਂ ਥੋੜ੍ਹੀ ਬਹੁਤੀ ਸੇਧ ਵੀ ਜਿਹੜਾ ਨਵਾਂ ਯੂਥ ਆ ਉਹਨਾਂ ਨੂੰ ਹੋਵੇ ਆਵੇ ਵੀ ਹੁਣ ਸੌਣ ਸਾਣ ਦਾ ਕੋਈ ਚੱਕਰ ਨਹੀਂ। ਹੁਣ ਨਹੀਂ ਕੋਈ ਸੌਣ ਦਾ ਜੀ ਚੱਕਰ, ਉਦੋਂ ਜਾਣੀ ਲੋਕਾਂ ਨੂੰ ਪਤਾ ਹੀ ਨਹੀਂ ਸੀ ਜੀ। ਅੱਛਾ, ਤੁਹਾਨੂੰ ਵੀ ਨਹੀਂ ਪਤਾ ਸੀ? ਸਾਨੂੰ ਵੀ ਨਹੀਂ ਪਤਾ ਸੀ, ਪਤਾ ਸੀ। ਅਸੀਂ ਜਦੋਂ ਉਹਨੇ ਮਾੜੀ ਜਿਹੀ ਅੱਖ ਜੀ ਲਾਉਣ ਲੱਗਣੀ ਅਸੀਂ ਫੇਰ ਹਿਲਾ ਦੇਣਾ, ਅਸੀਂ ਵੀ ਜਾਗਦੇ ਰਹੇ ਵੀ ਮਰ ਨਾ ਜਾਵੇ। ਤੁਹਾਡੀ ਅੱਖ ਵੀ ਲੱਗਦੀ ਹੋਊ ਕਿਤੇ ਤਾਂ? ਸਾਡੀ ਅੱਖ ਨਹੀਂ ਜੀ ਲੱਗੀ, ਸਾਨੂੰ ਇਉਂ ਵੀ ਕਬੂਤਰ ਬਚਾਉਣਾ ਜੀ ਅਸੀਂ। ਉਚਾਈ ਇੰਨਾ ਸੀ? ਹਾਂ, ਮਨ ਦੇ ਵਿੱਚ ਜਨੂੰਨ ਸੀ। ਜਨੂੰਨ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਦੂਏ ਦਿਨ ਬਦਾਮ ਕੱਟੇ, ਬਦਾਮ ਕੱਟ ਕੇ ਉਦੋਂ ਆ ਹੁਣ ਤਾਂ ਗਰਬੰਦੀ ਗਿਰੀ ਆ ਗਈ, ਹੋਰ ਆ ਗਈਆਂ ਕਈ। ਕੀ ਕਿਹਾ ਤੁਸੀਂ? ਹੁਣ ਤਾਂ ਜੀ ਗਿਰੀਆਂ ਬਹੁਤ ਟਾਈਮ ਦੀਆਂ ਆ ਗਈਆਂ। ਇਹਦਾ ਵੀ ਫਰਕ ਆ? ਹਾਂਜੀ, ਇਹ ਵੀ ਦੱਸੋ ਜੀ। ਉਦੋਂ ਜਿਹੜੇ ਬਦਾਮ ਆਉਂਦੇ ਸੀਗੇ ਜੀ ਫੋਟਕਾਂ ਵਾਲੀ ਆਉਂਦੇ ਸੀ, ਇਹਨੂੰ ਆਪਾਂ ਥੋੜੀ ਨਾ ਭੰਨਦੇ। ਅੱਛਾ ਜੀ। ਉਦੋਂ ਹੁਣ ਤਾਂ ਅਗਲਾ ਕਹਿੰਦਾ ਯਾਰ ਕਾਗੀ ਬਦਾਮ ਲੈ ਲਓ। ਅੱਛਾ। ਬਈ ਤੋੜ ਕੇ ਵਿੱਚੋਂ ਬਦਾਮ ਕੱਢੋ ਤੇ ਪਿਉਂ ਦਿਓ। ਠੀਕ ਆ। ਹੁਣ ਤਾਂ ਏਡੀ ਏਡੀ ਗਿਰੀ ਆਉਂਦੀ ਆ ਗਿਰੀ। ਉਹ ਜਿਹੜੇ ਬਦਾਮ ਆ ਉਹਨਾਂ ਦੇ ਇੱਕ ਨਵੇਂ ਯੂਥ ਨੂੰ ਮੈਂ ਦੱਸਣਾ ਚਾਹੁੰਦਾ। ਹਾਂਜੀ। ਜਿਹੜੀ ਉਹ ਗਿਰੀ ਆ ਉਹ ਪਾਈ ਆ। ਅੱਛਾ। ਇਹ ਕਿਲੋ ਜਿਹੜੀ ਬਦਾਮ ਦੇ ਵਿੱਚ ਆ ਉਹ ਪਾਈ ਆ, ਜਿਹੜੀ ਆਪਾਂ ਭੰਨ ਕੇ ਕੱਢਣੀ ਆ। ਹਾਂਜੀ, ਉਹ ਪਾਈ ਆ। ਅੱਛਾ। ਤੇ ਇਹ ਕਿਲੋ ਜਿਹੜੀ ਆਪਾਂ ਫੋਟਕਾਂ ਵਾਲੀ ਬਿਨਾਂ ਫੋਟਕਾਂ ਤੋਂ, ਇਹ ਤੁਹਾਡੀ ਫੇਰ ਗੱਲ ਵਿਚਾਲੇ ਆ, ਉਹ ਪਾਈਆ 'ਚ ਵੀ ਗ੍ਰਾਮਾਂ 'ਚ ਰਹਿ ਜਾਣੀ ਆ ਕਿਉਂਕਿ ਉਹਦਾ ਛਿਲਕ ਲੈ ਜਾਣਾ, ਇਹ ਕਿਲੋ ਦੀ ਕਿਲੋ ਹੀ ਆ। ਹਾਂਜੀ, ਇਹ ਫਿਰ ਫਰਕ ਆ। ਇਹਦੇ ਜਿਹੜੀ ਉਹ ਅੱਜ ਤੱਕ ਵਿੱਕੀ ਜੀ ਤੁਸੀਂ ਕੋਈ ਇਹੋ ਜਿਹਾ ਦਰਖਤ ਦੇਖਿਆ ਜਿਹਨੂੰ ਬਿਨਾਂ ਫੋਟਕਾਂ ਤੋਂ ਬਦਾਮ ਲੱਗਦੇ ਹੋਣ? ਇਹ ਵੀ ਗੱਲ ਵਜਨ ਵਾਲੀ ਆ। ਸਹੀ ਗੱਲ ਆ। ਨਹੀਂ ਦੇਖਿਆ ਨਾ? ਨਹੀਂ ਦੇਖਿਆ। ਫੋਟਕ ਤਾਂ ਉੱਤੇ ਆਉਂਦਾ ਹੀ ਆ ਬਦਾਮ ਦੇ। ਆਉਂਦਾ ਆਉਂਦਾ। ਇਹ ਤਾਂ ਹੁਣ ਅਸੀਂ ਸਾਡੀ ਸੌਖ ਜਾਣ ਪੈ ਗਈ।
ਬਸ ਮੈਂ ਗੱਲ ਸਮਝ ਗਿਆ ਜੀ, ਜਿਹੜਾ ਸਮਝਣ ਵਾਲੇ ਆ ਕੈਮੀਕਲ ਲਾਉਂਦੇ ਆ ਫੋਟਕਾਂ ਤੇ, ਉਹਦੀ ਸਿਲਕ ਖਤਮ ਹੋ ਜਾਂਦੀ ਆ ਤੇ ਅਸੀਂ ਚੱਕ ਕੇ ਕਬੂਤਰਾਂ ਨੂੰ ਪਾ ਦਿੰਦੇ ਆ। ਅੱਛਾ, ਉਹਨਾਂ ਨੂੰ ਵੀ ਕੈਮੀਕਲ ਲੱਗਦਾ? ਕੈਮੀਕਲ ਲਾ ਕੇ ਹੀ ਉਹਦੇ ਉੱਤੋਂ ਫਿੱਟ ਕੇ ਖਤਮ ਹੁੰਦੀ ਹੈ ਜੀ। ਅੱਛਾ, ਜਿਹੜੇ ਤੁਸੀਂ ਹੁਣ ਪਾਉਂਦੇ ਹੋ ਅੱਜ ਦੀ ਤਰੀਕ 'ਚ ਆਪਾਂ ਇੱਥੇ ਫੇਰ ਆਉਂਦੇ ਆ ਇਹ ਦੱਸਣ ਲਈ ਆ, ਤੁਸੀਂ ਉਹ ਭੰਨ ਕੇ ਵਾਲੇ ਅੱਜ ਵੀ ਪਾਉਂਦੇ ਹੋ? ਅਸੀਂ ਜਦੋਂ ਮਤਲਬ ਹੁਣ ਹਾਂਜੀ ਹੁਣ 15 ਦਿਨਾਂ ਨੂੰ ਅਸੀਂ 20 ਦਿਨ ਹਲੇ ਭੰਨ ਕੇ ਹੀ ਪਾਉਂਦੇ ਆ ਜੀ ਬਦਾਮ, ਉਹ ਥੋੜ੍ਹੀ ਵਾਲੇ ਥੋੜ੍ਹੀ ਵਾਲੇ। ਇਹ ਤਜਰਬਾ? ਇਹ ਤਜਰਬਾ ਜੀ ਚੰਗਾ ਕਬੂਤਰ ਬਾਜਾਂ ਲਈ ਮੈਂ ਜਾਣੀ ਸੰਦੇਸ਼ਾ ਦੇਣਾ ਚਾਹੁੰਦਾ ਬਈ ਉਹ ਕਬੂਤਰ ਬਦਾਮ ਕਬੂਤਰਾਂ ਨੂੰ ਜ਼ਰੂਰ ਪਾਉਣੇ ਚਾਹੀਦੇ ਆ। ਉਹ ਜਿਹੜਾ ਕੈਮੀਕਲ ਜਾਂ ਆਪਾਂ ਜਿਵੇਂ ਆਪਾਂ ਕਹਿ ਰਹੀਏ ਗਗੜਾ ਸਾਹਿਬ, ਜਿਵੇਂ ਤੁਸੀਂ ਬਾਹਰ ਰਹਿੰਦੇ ਹੋ ਬਈ ਜ਼ਹਿਰ ਜਾ ਰਹੀ ਆ, ਇਹਦਾ ਮਤਲਬ ਉਹ ਕੈਮੀਕਲ ਮਾੜਾ ਮੋਟਾ ਜਾ ਰਿਹਾ ਉਹ ਜਾਨਵਰ ਦੇ ਅੰਦਰ? ਬਿਲਕੁਲ ਜਾ ਰਿਹਾ। ਅੱਛਾ ਜੀ, ਬਿਲਕੁਲ ਜਾ ਰਿਹਾ। ਚਲੋ ਇਹ ਆਪਣੀ ਮਗਰਲੇ ਸਮੇਂ 'ਚ ਵਿੱਕੀ ਜੀ ਦੇਖੋ, ਹਾਂਜੀ ਮਗਰਲੇ ਸਮੇਂ 'ਚ ਕੋਈ ਵਾਇਰਸ ਨਹੀਂ ਸੀ, ਨਹੀਂ ਸੀ, ਸਹੀ ਗੱਲ, ਕੋਈ ਕਬੂਤਰ ਬਿਮਾਰ ਨਹੀਂ ਹੁੰਦਾ ਸੀ। ਹੁਣ ਸਾਡੇ ਰੇਕ ਦੇ ਅਲਵਾਰੀ ਭਰੀ ਪਈ ਆ ਦਵਾਈਆਂ ਨਾਲ, ਕਾਹਤੋਂ ਇਹਨਾਂ ਵਜ੍ਹਾ ਨਾਲ, ਇਹਨਾਂ ਵਜ੍ਹਾ ਨਾਲ। ਅੱਛਾ, ਉਹ ਆਪਾਂ ਬਾਜੀ ਜਿੱਤ ਗਏ? ਬਾਜੀ ਜਿੱਤ ਗਏ ਜੀ, 6500 ਰੁਪਈਆ ਮਿਲਿਆ। ਹਾਂਜੀ, ਅਤੇ ਫਿਰ ਉਦੋਂ ਬਾਅਦ ਤਾਂ ਲੀਡ ਚੱਲ ਪਈ ਜੀ, ਉਦੋਂ ਬਾਅਦ ਫਿਰ ਜਾਣਨ ਲੱਗ ਗਏ ਲੋਕ। ਹਾਂਜੀ।